ਪੂਰੇ ਦੇਸ਼ ਵਿੱਚ ਹੜ੍ਹਾਂ ਨੇ ਬੁਰਾ ਹਾਲ ਕੀਤਾ ਹੈ। ਮਹਾਰਾਸ਼ਟਰਾ, ਕਰਨਾਟਕਾ, ਉੱਤਰੀ ਕੇਰਲਾ, ਤਾਮਿਲਨਾਡੂ ਵਿੱਚ ਹੜ੍ਹ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਇਸ ਵੇਲੇ 123 ਬਚਾਅ ਕਾਰਜਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਜੋ ਹੜ੍ਹ ਪੀੜਤਾਂ ਨੂੰ ਬਚਾ ਰਹੇ ਹਨ।